ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਜ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਈ। ਇਸ ਰੇਲ ਗੱਡੀ ਨੂੰ ਹਲਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਸਿੰਘ ਸੱਭਰਵਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਧਾਰਮਿਕ ਮੰਗ ਨੂੰ ਪੂਰਾ ਕੀਤਾ ਹੈ। ਗੁਰਦਾਸਪੁਰ ਹਲਕੇ ਤੋਂ ਜਿਹੜੀ ਆ ਮੁੱਖ ਮੰਤਰੀ ਤੀਰਥ ਯਾਤਰਾ ਰੇਲ ਗੱਡੀ ਜਾ ਰਹੀ ਹੈ ਨਰੇਲ ਸਾਹਿਬ, ਅਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਜੋ ਸੰਗਤ ਦਰਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਤੀਰਥ ਯਾਤਰਾ ਦਾ, ਅਤੇ ਬਹੁਤ ਸ਼ਲਾਘਾਯੋਗ ਔਰ ਲੋਕਾਂ ਕੋਲੋਂ ਬਹੁਤ ਭਰਵਾਂ ਹੰਗਾਰਾ ਜਿਹੜਾ ਮਿਲ ਰਿਹਾ। ਇਸ ਗੱਲ ਦਾ ਮੈਂ ਧੰਨਵਾਦ ਕਰਨਾ ਬਾਦਲ ਸਾਹਿਬ ਦਾ। ਅਤੇ ਇਹ ਦੋ ਦਿਨ ਆਉਣ ਲੱਗਣਗੇ, ਦੋ ਜਾਣ ਇੱਕ ਦਿਨ ਲਈ ਉੱਥੇ ਰਹਿਣਗੇ ਅਤੇ ਵਾਪਸ ਇਹਨਾਂ ਨੇ 19 ਤਰੀਕ ਨੂੰ ਆਏਗਾ, 21 ਨੂੰ ਇੱਥੇ ਜਿਹੜੇ ਪਹੁੰਚਣਗੇ। ਇਹ ਵਿੱਚ ਸਾਰਾ ਇਹਨਾਂ ਦਾ ਮਤਲਬ ਲੰਗਰ ਦਾ ਪ੍ਰੋਗਰਾਮ ਵਿੱਚ ਆ, ਉੱਥੇ ਰਹਿਣ ਦਾ ਪ੍ਰਬੰਧ ਬੜਾ ਵਧੀਆ ਆ। ਅੱਜ ਵੀ ਬੱਸਾਂ ਸਾਰੀਆਂ ਲੈ ਕੇ ਆਈਆਂ, ਡੀ ਸੀ ਸਾਹਿਬ ਨੇ, SSP ਸਾਹਿਬ ਨੇ, ਇਹ ਸਾਰਾ ਬੜਾ ਵਧੀਆ ਪ੍ਰਬੰਧ ਕੀਤਾ। ਲੋਕਾਂ ਤਾਰ ਮਟੀਟਾਂ ਤੱਕ ਅਸੀਂ ਜਿਹੜੀਆਂ ਘਰ ਪਹੁੰਚਾਈਆਂ ਨੇ, ਫਾਰਮ ਭਰੇ ਨੇ, ਔਰ ਮੈਡੀਕਲ ਕਰਾ ਕੇ ਫਿਜ਼ੀਕਲੀ ਜਿਹੜੇ ਫਿੱਟ ਉਹਨਾਂ ਨੂੰ ਅਸੀਂ ਜਿਹੜਾ ਇੱਥੋਂ ਅੱਜ ਰਵਾਨਾ ਕਰ ਰਹੇ ਹਾਂ। ਮੈਂ ਦੁਬਾਰਾ ਫਿਰ ਬਾਦਲ ਸਾਹਿਬ ਦਾ ਧੰਨਵਾਦ ਕਰਨਾ, ਇਹਨਾਂ ਨੂੰ ਮੌਕਾ ਦਿੱਤਾ ਕਿ ਪੰਜਾਬ ਦੇ ਲੋਕ ਜਿਹੜੇ ਨਰੇਲ ਸਾਹਿਬ ਜਾ ਕੇ ਤੀਰਥ ਯਾਤਰਾ ਦੇ ਦਰਸ਼ਨ ਕਰਕੇ ਉੱਥੇ ਆਪਣਾ ਸਫਲ ਕਰਦੇ ਜੀਵਨ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਬਾਦਲ ਸਰਕਾਰ ਦੀ ਬੜੀ ਧੰਨਵਾਦੀ ਹਾਂ ਕਿ ਉਹ ਸਾਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣ ਲੈ ਕੇ ਜਾ ਰਹੇ ਨੇ। ਮੈਂ ਪਹਿਲੀ ਵਾਰੀ ਜਾ ਰਹੀ, ਮੇਰੀ ਬੜੀ ਦਿਲੀ ਇੱਛਾ ਸੀ, ਮੈਂ ਜਾਣਾ ਚਾਹੁੰਦੀ ਸੀ। ਮੈਂ ਉਹਨਾਂ ਦਾ ਸੱਚੇ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਬਾਦਲ ਸਾਹਿਬ ਜੀ ਦਾ। ਜੀ ਸਭ ਤੋਂ ਬਹੁਤ ਵਧੀਆ ਉਪਰਾਲਾ, ਧੰਨਵਾਦ ਕਰਨਾ ਚਾਹਾਂਗੇ। ਸਰਕਾਰ ਨੇ ਬਹੁਤ ਵਧੀਆ ਤਰੀਕਾ ਕੀਤਾ ਜਿਹੜਾ ਕਿ ਯਾਤਰੀਆਂ ਨੂੰ ਦਰਸ਼ਨ ਕਰਾਉਣ ਵਾਸਤੇ ਟ੍ਰੇਨ ਚੱਲ ਰਹੀ। ਰੋਟੀ ਦਾ, ਪਾਣੀ ਦਾ, ਰਹਿਣ ਦਾ, ਸੌਣ ਦਾ ਪੂਰਾ ਅਰੇਂਜਮੈਂਟ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਪੰਜਾਬ ਟੂਡੇ।